ਸ਼ਾਮਲ ਹੋ ਚੁੱਕੇ ਨੇ ਅੱਜ ਇੱਕ ਬਹੁਤ ਹੀ ਖਾਸ ਸੈਲੀਬ੍ਰਿਟੀ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ ਜਿਨ੍ਹਾਂ ਨੇ ਪੱਗ ਦੀ ਸ਼ਾਨ ਵਧਾਈ ਹੈ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਪੱਗ ਦੀ ਇੱਕ ਪਛਾਣ ਬਰਕਰਾਰ ਰੱਖੀ ਇੱਕ ਛੋਟਾ ਜਿਹਾ ਜ਼ਿਕਰ ਮੈਂ ਤੁਹਾਡੇ ਨਾਲ ਜ਼ਰੂਰ ਕਰਨਾ ਚਾਹਨੀ ਆ ਹਾਲ ਹੀ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸੀ ਉਹਨਾਂ ਪੰਜ ਮੁੰਡਿਆਂ ਦੀ ਵੀਡੀਓ ਜਿਨ੍ਹਾਂ ਨੇ ਪੱਗਾਂ ਬੰਨੀਆਂ ਹੋਈਆਂ ਸੀ ਤੇ ਦੋ ਮੁੰਡਿਆਂ ਦੀ ਉਹ ਜਾਨ ਬਚਾ ਰਹੇ ਸੀ ਆਪਣੀਆਂ ਪੱਗਾਂ ਉਤਾਰ ਕੇ ਉਹਨਾਂ ਨੇ ਉਹਨਾਂ ਦੋ ਮੁੰਡਿਆਂ ਦੀ ਜਾਨ ਬਚਾਈ ਤੁਹਾਡੇ ਵਿੱਚੋਂ ਹਜ਼ਾਰਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਕੀਤੇ ਕਿ ਸਾਨੂੰ ਇਹਨਾਂ ਨੌਜਵਾਨਾਂ ਤੇ ਮਾਣ ਹੈ ਉਸੇ ਵੇਲੇ ਪੰਜਾਬੀਅਤ ਦੇ ਤੇ ਸਿੱਖੀ ਦੇ ਜਿਹੜੇ ਝੰਡੇ ਸੀ ਹੋਰ ਬੁਲੰਦ ਹੋ ਗਏ ਨਾਲ ਦੀ ਨਾਲ ਇਹ ਵੀ ਸਾਬਤ ਹੋ ਗਿਆ ਕਿ ਕਿਸੇ ਨੂੰ ਨੁਕਸਾਨ ਪਹੁੰਚਾਣ ਲਈ ਪੱਗ ਬੰਨਿਆ ਵੀ ਸਿਰ ਨੀਵਾ ਹੋ ਸਕਦਾ ਪਰ ਕਿਸੇ ਦੀ ਮਦਦ ਲਈ ਉਤਾਰੀ ਗਈ ਪੱਗ ਵੀ ਸਿਰ ਉੱਚਾ ਕਰ ਸਕਦੀ ਹੈ ਇਸੇ ਤਰ੍ਹਾਂ ਜਿਹੜੀ ਇੱਕ ਇੱਕ ਬੰਦੇ ਦੀ ਪਹਿਲ ਕਦਮੀ ਹੈ ਇੱਕ ਬੰਦੇ ਦਾ ਜੈਸਚਰ ਹੈ ਉਹਨੇ ਸਾਰੀ ਕੌਮ ਦਾ ਨਾਮ ਉੱਚਾ ਕੀਤਾ ਤੇ ਪੱਗ ਦੀ ਪਹਿਚਾਨ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਬਣਾਉਣ ਵਾਲੇ ਨੈਵ ਪਾਰਟੀਆ ਸੁਪਰ ਫੈਨ ਅੱਜ ਮੇਰੇ ਨਾਲ ਨੇ ਨੈਵ ਬਹੁਤ ਬਹੁਤ ਸਵਾਗਤ ਵੈਲਕਮ ਟੂ ਦ ਸ਼ੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਵੀਨ ਜੀ ਸਤਿ ਸ਼੍ਰੀ ਅਕਾਲ ਐਂਡ ਸਵਾਗਤ ਤੁਹਾਡਾ ਬਹੁਤ-ਬਹੁਤ ਤੁਸੀਂ ਪੱਗ ਦੀ ਨਾ ਇੱਕ ਪਹਿਚਾਨ ਬਣਾਈ ਹੈ ਤੇ ਮੈਂ ਬਿਲਕੁਲ ਫੋਕਸ ਅੱਜ ਇਸੇ ਚੀਜ਼ ਤੇ ਰੱਖਣਾ ਚਾਹਣੀ ਆ ਇੱਕ ਇਮੀਗ੍ਰੈਂਟ ਜਿਹੜਾ 1980 84 ਦੇ ਦਹਾਕੇ ਦੇ ਵਿੱਚ ਆਇਆ ਪਤਾ ਨਹੀਂ ਸੀ ਕਿ ਜ਼ਿੰਦਗੀ ਨੇ ਕਿੱਧਰ ਨੂੰ ਲੈ ਕੇ ਜਾਣਾ ਲੇਕਿਨ ਅੱਜ ਇਸ ਮੁਕਾਮ ਤੇ ਤੁਸੀਂ ਹੋ ਪਹਿਲਾਂ ਤਾਂ ਇਹ ਦੱਸੋ ਵੀ ਅੱਜ ਕਿਹੜੇ ਖਾਸ ਪਲ ਨੂੰ ਸੈਲੀਬ੍ਰੇਟ ਕਰਨ ਲਈ ਤੁਸੀਂ ਸ਼ਾਮਲ ਹੋਏ ਇਹਦੇ ਤੋਂ ਪਹਿਲਾਂ ਮੈਂ ਤੁਹਾਡੇ ਕੋਈ ਵੀ ਜਵਾਬ ਦੇ ਆ ਮੈਂ ਸਾਰੇ ਜਿਹੜੇ ਇੱਥੇ ਦੇ ਬੀਸੀ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਦਸਣਾ ਚਾਹਵਾਂਗਾ ਕਿ ਅਸੀਂ ਸਾਰੇ ਤੁਹਾਡੇ ਨਾਲ ਤੁਹਾਡੇ ਤੇ ਬੜੀ ਫਲਡਿੰਗ ਹੋਈ ਹੈ ਬੀਸੀ ਵਿੱਚ ਬੜਿਆਂ ਨੂੰ ਅਫੈਕਟ ਹੋਈ ਹੈ ਬੜਿਆਂ ਦੀ ਰੋਜ਼ੀ ਦੇ ਵੀ ਅਫੈਕਟ ਹੋ ਜਾਵੇ ਜਾਣਾ ਵੀ ਗਈਆਂ ਨੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਤੁਹਾਡੇ ਨਾਲ ਸਾਰਾ ਕੈਨੇਡਾ ਤੁਹਾਡੇ ਨਾਲ ਹੈ ਤੁਸੀਂ ਸਾਡੀ ਅਰਦਰਸਾਂ ਵਿੱਚੋਂ ਗੁਰੂ ਮਹਾਰਾਜ ਕਰੇਗਾ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਤੁਹਾਡਾ ਦਰਦ ਦੂਰ ਹੋ ਜਾਏ ਯੈਸ ਨਵ ਕੀ ਸੈਲੀਬ੍ਰੇਟ ਕਰਨ ਆਇਓ ਪਹਿਲਾਂ ਤਾਂ ਉਹ ਸਾਡੇ ਲਿਸਨਰਸ ਨਾਲ ਸ਼ੇਅਰ ਕਰੋ ਮੈਂ ਐਸੋਲੇ ਕਮਰੇ ਆ ਮੈਂ ਥੋੜਾ ਜਿਆ ਕੁਕਨਾ ਬਲੀਵ ਨਹੀਂ ਕਰ ਰਿਹਾ ਮੈਂ ਤੁਹਾਡੇ ਨਾਲ ਇਸ ਦੇ ਬਾਰੇ ਗੱਲ ਕਰਨ ਲੱਗਿਆ ਮੇਰੇ ਦੇ ਡਾਕੂਮੈਂਟਰੀ ਮੂਵੀ ਬਣਾਈ ਗਈ ਹੈ ਇਹ ਪਹਿਲੀ ਵਾਰ ਹੈ ਕਿਸੇ ਪੰਜਾਬੀ ਸਿੱਖ ਉਤੇ ਮੂਵੀ ਜਿਹੜੀ ਬਣੀ ਐ ਸੀਬੀਸੀ ਹੋਰ ਗੁੱਟ ਕਰਵਾ ਵਾਲਿਆਂ ਨੇ ਬਣਾਈਆ ਜਿਹੜੇ ਕਿ ਪ੍ਰੋਡਿਊਸਰ ਨੇ ਮੂਵੀ ਦੇ ਹੋਰ ਐਸਸੀਬੀਸੀ ਦੇ ਉਹਨਾਂ ਨੇ ਮੂਵੀ ਦਿਖਾਨੀ ਐ ਪਹਿਲੀ ਵਾਰ ਡਿਸੰਬਰ 3 ਨੂੰ 9 ਵਜੇ ਰਾਤੀ ਕੋਸਟ ਟੂ ਕੋਸਟ ਤੇ ਮੈਂ ਉਹ ਪਰ ਇਹਦੇ ਨਾਲ ਨਾਲ ਹੀ ਮੈਂ ਵੈਂਕੂਵਰ ਆ ਜਾਇਆ ਵਾਂ ਕਿਉਂਕਿ ਸੈਟਰਡੇ ਨੂੰ ਇੱਥੇ ਇਹ ਵੈਂਕੂਵਰ ਵਿੱਚ ਇਹਦਾ ਰੈਡ ਕਾਰਪਟ ਪ੍ਰੀਮੀਅਰ ਹੈ ਵੈਨਕੂਵਰ ਪਲੇ ਹਾਊਸ ਵਿੱਚ ਜਿਹੜਾ ਡਾਊਨਟਾਊਨ ਵੈਨਕੂਵਰ ਵਿੱਚ ਹੈ ਹੋਰ ਇਹ ਜਿਹੜੀਆਂ ਟਿਕਟਾਂ ਬੇਸਿਕਲੀ ਖਰੀਦੀਆਂ ਨਹੀਂ ਜਾ ਸਕਦੀਆਂ ਇਹ ਇਨਵਾਈਟ ਦੇ ਨੇ ਔਰ ਇੰਨਾ ਲੋਕਾਂ ਨੇ ਉਤਸ਼ਾਹ ਵੈਨਕੂਵਰ ਔਰ ਵਿਕਟੋਰੀਆ ਵਿੱਚ ਵੀ ਇਹ ਸੰਡੇ ਸੰਡੇ ਨੂੰ ਪਰ ਸੈਟਰਡੇ ਨੂੰ ਵੈਨਕੂਵਰ ਵਿੱਚ ਹੈ ਸ਼ਾਮੀ ਹੋਰ ਇਹ ਜਿਹੜੀਆਂ ਟਿਕਟਾਂ ਜੇ ਕੋਈ ਪਾਈ ਲੈਣਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਮੂਵੀ ਨੂੰ ਉਹ ਮੂਵੀ ਦੇ ਕੈਨ ਗੋ ਔਨ Uh, Superfan doc doc.com superfan.dog.com ਦੇ ਜਾ ਕੇ ਤੁਸੀਂ ਆਪਣਾ ਟਿਕਟਾ ਲੈ ਸਕਦੇ ਹੋ ਹੋਰ ਮਨੂੰ ਇੰਨਾ ਜਦੂ ਦਾ ਮਾਜ ਵੈਂਕੂਵਰ ਆਇਆ ਵਾ ਇੰਨਾ ਉਤਸ਼ਾਹ ਹੈ ਲੋਕਾਂ ਵਿੱਚ ਐ ਮੂਵੀ ਬਾਰੇ ਤੇ ਮੈਂ ਕੋਸ਼ਿਸ਼ ਕਰਨੀ ਹੈ ਹੁਣ ਸੀਬੀਸੀ ਔਰ ਬਾਕੀ ਗੁੱਡ ਕਰਵਾ ਵਾਲਿਆਂ ਨੂੰ ਪ੍ਰੋਡਿਊਸਰਸ ਨੂੰ ਕਾਲ ਕਰਕੇ ਕਿ ਕੁਝ ਟਿਕਟਾ ਹੋਰ ਅਵੇਲੇਬਲ ਹੋਣ ਆਮ ਪਬਲਿਕ ਲਈ ਜਿਹੜੇ ਕਿ ਐ ਸਾਈਟ ਤੇ ਜਾਣ ਔਰ ਜਿਹੜੇ ਨਹੀਂ ਦੇਖ ਪਾਨ ਗਏ ਮੂਵੀ ਉੱਤੇ ਜਾ ਕੇ ਉਹ ਮੈਂ ਚਾਹਾਂਗਾ ਮੇਰੀ ਬੜੀ ਇੱਕ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਮੂਵੀ ਤੁਸੀਂ ਆਪਣੇ ਸਾਰੇ ਪਰਿਵਾਰ ਵਿੱਚ ਬੈਠ ਕੇ ਦੇਖਣਾ ਬੱਚਿਆਂ ਨਾਲ ਦੇਖਣਾ ਕਿਉਂਕਿ ਇਹ ਸਟੋਰੀ ਸਿਰਫ ਨਾ ਪਾਟੀਆਂ ਦੀ ਨਹੀਂ ਹੈ ਇਹ ਸਾਰੇ ਜਿਹੜੇ ਇੱਥੇ ਪੰਜਾਬੀ ਵਸਦੇ ਨੇ ਸਿੱਖ ਵਸਦੇ ਨੇ ਇਹ ਤੁਹਾਡੀ ਆਪਣੀ ਕਹਾਣੀ ਹੈ ਔਰ ਤੁਹਾਨੂੰ ਇਹ ਕਹਾਣੀ ਲੱਗੇਗਾ ਕਿ ਜਿਦਾਂ ਤੁਹਾਡੇ ਦੇ ਮੂਵੀ ਬਣੀ ਹੋਈ ਹੈ ਹੋਰ ਮੈਂ ਗੁਰੂ ਮਹਾਰਾਜ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਬਲੀਵ ਨਹੀਂ ਹੋ ਰਿਹਾ ਅੱਲੇ ਵੀ ਕਿ ਕਿਸੇ ਨੇ ਮੇਰੇ ਤੇ ਮੂਵੀ ਬਣਾ ਦਿੱਤੀ ਹੈ ਹਾਂਜੀ ਜੀ ਨੈਵ ਤੁਸੀਂ ਕਿਸੇ ਜਾਣ ਪਛਾਣ ਦੀ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਦੱਸਣ ਲਈ ਕਿ ਕੌਣ ਐਨਐਫ ਪਾਰਟੀ ਆ ਪਰ ਜਦੋਂ ਪਹਿਲੀ ਵਾਰ ਆਏ ਸੀ ਪਹਿਲੀ ਵਾਰ ਗੇਮ ਦੇ ਵਿੱਚ ਗਏ ਸੀ ਪੱਗ ਬੰਨ ਕੇ ਕੋਈ ਹਿਚਕਿਚਾਹਟ ਉਸ ਟਾਈਮ ਮਨ ਦੇ ਵਿੱਚ ਸੀਗੀ ਸੋਚਿਆ ਸੀਗਾ ਕਿ ਕਿਸ ਤਰ੍ਹਾਂ ਲੋਕ ਰਿਐਕਟ ਕਰਨਗੇ ਕਿਉਂਕਿ ਕਈ ਵਾਰ ਅਸੀਂ ਆਪਣੀ ਐਥਨਿਕ ਜਿਹੜੀ ਐਥਨਿਕ ਜਿਹੜੀ ਲੁੱਕ ਹੈਗੀ ਹੈ ਨਾ ਉਹਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਲੇਕਿਨ ਜਦੋਂ ਫਸਟ ਟਾਈਮ ਗੇਮ ਦੇ ਵਿੱਚ ਗਏ ਉਹ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਾਂਗੇ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਬੜਾ ਡੂੰਗਾ ਕੁਐਸਚਨ ਹੈ ਜੀ ਇਹ ਦੇਖੋ ਮੇਰੀ ਸਾਰੀ ਕਹਾਣੀ ਹੈ ਇਹ ਜਰਨੀ ਹੈ ਵੇ ਕਿ ਅਸੀਂ ਟੂ ਬ੍ਰਿੰਗ ਦਾ 6 ਇਨ ਦਾ ਮੇਨਸਟ੍ਰੀਮ ਮੈਂ ਦੇਖੋ ਜਦੋਂ ਆਇਆ 84 ਦੇ ਦੰਗਿਆਂ ਬਾਅਦ ਇੱਥੇ ਆਇਆ ਦੇ ਮੈਨੂੰ ਬੜਾ ਮੇਰੇ ਮਤਲਬ ਸਪੀਡ ਬੰਪ ਕਹਾਂਗਾ ਮੈਂ ਡਿਸਕ੍ਰਿਮੀਨੇਸ਼ਨ ਦਾ ਵਰਡ ਨਹੀਂ ਯੂਜ਼ ਕਰਦਾ ਸਪੀਡ ਬੰਪ ਹੈ ਮੈਂ ਜਦੋਂ ਆਪਣਾ ਜੌਬ ਵੀ ਪਹਿਲੀ ਵਾਰ ਕਰਨ ਗਿਆ ਮੈਨੂੰ ਜੌਬ ਪਹਿਲਾਂ ਦੇ ਇੱਥੇ ਮਿਲਿਆ ਨਹੀਂ ਮੈਂ ਮਕੈਨੀਕਲ ਇੰਜੀਨੀਅਰ ਹਾਂ ਪਰ ਮੈਨੂੰ ਜੌਬ ਨਹੀਂ ਮਿਲਿਆ ਕਿਉਂਕਿ ਕੋਈ ਵੀ ਬੰਦਾ ਉਸ ਵੇਲੇ 84 ਵਿੱਚ ਕੈਨੇਡਾ ਵਿੱਚ ਇੱਥੇ ਇੱਕ ਸਰਦਾਰ ਦਸਤਾਰ ਔਰ ਦਾੜੀ ਨਾਲ ਇੰਜੀਨੀਅਰ ਨੂੰ ਨਹੀਂ ਗਾਇਰ ਕਰਦੇ ਸਨ ਤੇ ਮੇਰੇ ਨਾਲ ਜਿੰਨੇ ਵੀ ਹੋਰ ਲੋਕ ਆਏ ਸਨ ਉਹਨਾਂ ਨੇ ਆਪਣਾ ਦਸਾਰਾ ਟਾਲੇ ਕਲੀਨ ਸਿਵਨ ਹੋ ਗਏ ਹੋਰ ਜੌਬ ਜੁਪਰ ਮੈਂ ਆਪਣਾ ਚੂੜਦਾ ਕੰਮ ਕੀਤਾ ਪਹਿਲਾਂ ਮੈਂ ਇੱਥੇ ਪਹਿਲਾਂ ਚੂੜਦਾ ਕੰਮ ਕੀਤਾ ਲੈਂਡਸਕੇਪਿੰਗ ਦਾ ਕੰਮ ਕੀਤਾ ਫਿਰ ਮੈਨੂੰ ਇੱਕ ਕਾਰ ਸੇਲਸਮੈਨ ਦੇ ਜੌਬ ਮਿਲਿਆ ਹੋਰ ਮੈਂ ਜਦੋਂ ਪਹਿਲੇ ਦਿਨ ਹੀ ਕਾਰ ਸੇਲਸਮੈਨ ਦੇ ਜੌਬ ਵਿੱਚ ਗਿਆ ਸਾਂ ਤਾਂ ਲੋਕਾਂ ਨੇ ਮੈਨੂੰ ਕਈ ਨਾਂ ਕਿ ਪਾਕੀ ਕਿਆ ਡੈਪਰ ਹੈਡ ਕਿਆ ਟਾਵਲ ਹੈਡ ਕਿਆ ਕਈ ਚੀਜ਼ਾਂ ਕਈਆਂ ਉਸ ਦਿਨ ਮੈਂ ਆਪਣੇ ਗੁਰੂ ਮਹਾਰਾਜ ਨੂੰ ਅਰਦਾਸ ਕੀਤੀ ਹੋਰ ਮੈਂ ਕਿਹਾ ਕਿ ਮਨੂੰ ਇੱਥੇ ਮਿਹਨਤ ਬੜੀ ਕਰਨੀ ਪੈਣੀ ਹੈ ਇਫ ਆਈ ਵਾਂਟ ਟੂ ਸਰਵਾਈਵ ਹੇਅਰ ਐਂਡ ਦੈਟਸ ਵਾਟ ਆਈ ਡਿਡ ਉਹਦੇ ਬਾਅਦ ਮੈਂ ਇੱਕ ਸਸਤੀ ਗੱਡੀਆਂ ਵਿੱਚ ਹੀ ਆਂ ਹੋਰ ਉਹਦੇ ਬਾਅਦ ਮੈਂ ਮੈਨੇਜਰ ਬਣ ਗਿਆ ਫਿਰ ਮੇਰੇ ਹੁਣ ਮੇਰੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜ ਡੀਲਰਸ਼ਿਪਾਂ ਨੇ ਪਰ ਪਹਿਲੇ 20 ਸਾਲ ਮੈਂ ਹਰ ਰੋਜ਼ ਮਤਲਬ ਹਰ ਹਫਤੇ 100 ਘੰਟਾ ਕੰਮ ਕਰਦਾ ਸੀ ਉਹ ਸਾਰੇ ਕਰਨੇ ਸੀ ਇਮੀਗ੍ਰੈਂਟ ਕਰਨੇ ਆ ਪਰ ਜਦੋਂ ਮੈਂ ਪਹਿਲੀ ਵਾਰ ਫਿਰ ਮੈਂ ਕੰਮ ਕਰਦਾ ਸੀ ਮੇਰੇ ਕੋਲ ਕੋਈ ਮੇਰੇ ਸ਼ੌਂਕ ਨਹੀਂ ਸੀ ਮੈਨੂੰ ਕੋਈ ਨਹੀਂ ਹੈ ਕਿ ਭਈ ਮੈਂ ਕੋਈ ਇੱਥੇ ਜਾਣਾ ਹੈ ਬੋਟਿੰਗ ਜਾਣਾ ਹੈ ਜਾਂ ਕੋਈ ਟਰੈਵਲਿੰਗ ਮੈਨੂੰ ਸ਼ੌਂਕ ਨਹੀਂ ਸੀ ਸਿਰਫ ਕੰਮ ਦਾ ਸ਼ੌਂਕ ਸੀ ਜਦੋਂ ਰੈਪਟਰਸ 95 ਵਿੱਚ ਟੋਰਾਂਟੋ ਆਈ ਤੇ ਮੈਂ ਕਿ ਮੈਂ ਦੋ ਟਿਕਟਾਂ ਲਾਂਗਾ ਕੋਸ਼ਿਸ਼ ਕਰਾਂਗਾ ਕਿ ਜਾਵਾਂ ਕਰਾਂ ਸ਼ਾਮੀ ਦਾ ਆਪਣਾ ਇੰਜੋਏ ਕਰਾਂ ਪਰ ਉਸੇ ਦਿਨ ਤੂੰ ਤੁਸੀਂ ਕਿਹਾ ਕਿ ਯੈਸ ਉਸ ਵੇਲੇ ਹਿਜਕਚਰਟ ਨਹੀਂ ਹੋਈ ਮਨੂੰ ਪਰ ਮਨੂੰ ਲੋਕਾਂ ਨੇ ਸਮਝਿਆ ਕਿ ਬਾਸਕਟਬਾਲ ਦੀ ਗੇਮ ਮੈਨੂੰ ਕਿਸ ਨੇ ਟਿਕਟਾਂ ਦਿੱਤੀਆਂ ਨੇ ਕਹਿੰਨੇ ਮਤਲਬ ਮੈਂ ਕੱਲਾ ਹੀ ਸਰਦਾਰ ਜਿਹੜਾ ਦਸਤਾਰ ਪਾਈ ਹੋਈ ਸੀ ਦੇ ਦੇਸੀ ਵੀ ਉੱਥੇ ਬੜੇ ਘਾਟ ਹੀ ਸਨ ਕਿਉਂਕਿ ਤੁਸੀਂ ਉਹਨਾਂ ਵਰਗੇ ਨਜ਼ਰ ਨਹੀਂ ਸੀ ਉਹਨਾਂ ਕ ਨਜ਼ਰ ਨਹੀਂ ਸੀ ਹੋਰ ਇੱਕ ਕਹਾਣੀ ਜਿਹੜੀ ਤੁਸੀਂ ਪੁੱਛਿਆ ਇਹ ਜਦੋਂ ਉਹਨਾਂ ਨੇ ਮੈਨੂੰ ਸੁਪਰ ਫੈਨ ਵੀ ਬਣਾਇਆ ਮੈਨੂੰ 99 ਇਸ ਸੀਜ਼ਨ ਵਿੱਚ ਸੁਪਰ ਫੈਨ ਬਣਾਇਆ ਆਈਜ਼ੀਆ ਥਾਮਸ ਨੇ ਉਹ ਯਾਦਾ ਕੋਈ ਉਹਨ ਨੂੰ ਹੈ ਉਮੀ ਸੀ ਜਾਂ ਕੋਈ ਕਾਲਾ ਬਨੇਗਾ ਜਾਂ ਕੋਈ ਗੋਰਾ ਬਨੇਗਾ ਉਹਨਾਂ ਨੇ ਪਕੜੀ ਵਾਲੇ ਨੂੰ ਸੁਪਰ ਫੈਨ ਬਣਾ ਦਿੱਤਾ ਹੋਰ ਉਹਦੀ ਵੀ ਬੜੀ ਆਬਜੈਕਸ਼ਨਸ ਹੋਈ ਸਨ ਅੰਦਰੋਂ ਪਰ ਉਹਨੇ ਆਪਣੀ ਡਿਸੀਜਨ ਲੈ ਲਈ ਹੋਰ ਉਹ ਅੱਜ ਵੀ ਕਹਿੰਦਾ ਕਿ ਮੈਂ ਇਹ ਡਿਸੀਜਨ ਲਈ ਕਿਉਂਕਿ ਇਹ ਬੰਦਾ ਸਭ ਨਾਲੋਂ ਜ਼ਿਆਦਾ ਸ਼ੌਂਕ ਨਾਲ ਖਾਪ ਪੰਦਾ ਸੀ ਅੱਛੇ ਤਰੀਕੇ ਨਾਲ ਗੇਮ ਦੇਖਦਾ ਸੀ ਸੋ ਉਹਨੇ ਮੈਨੂੰ ਸੁਪਰ ਫੈਨ ਦਾ ਕਿਤਾਬ ਦਿੱਤਾ ਪਰ ਯੂ نو ਵਾਟ ਇਹ ਕੁਐਸਚਨ ਮੈਂ ਆਪਣੇ ਸਾਰੇ ਜਿਹੜੇ ਸੁਣਨ ਵਾਲੇ ਨੇ ਹੋਰ ਬੱਚਿਆਂ ਨੂੰ ਖਾਸ ਤੌਰ ਤੇ ਪ੍ਰਾਊਡ ਹੋਵੋ ਜੋ ਵੀ ਹੋ ਤੁਸੀਂ ਜੇ ਤੁਸੀਂ ਮੁਸਲਮਾਨ ਹੋ ਮੁਸਲਮਾਨ ਆਪਣਾ ਰਵੋ ਪੱਕੇ ਜੇ ਤੁਸੀਂ ਸਰਦਾਰ ਹੋ ਪੱਕੇ ਸਰਦਾਰ ਰਵੋ to be different is okay yes. actually there is a strength in that mm. there is a strength and that's what i'm trying to do aim a koshish kar rahe ha ki main is apne community nu no mainstream vich le aava aur main guru maharaj di kripa nal le aaya ha mm. ajj saada inna gamea de vich saadi anni izzat aadar hai mm. ji ਨਾਵ ਪਾਰਟੀਆਂ ਦੇ ਨਾਲ ਗੱਲਾਂ ਦਾ سلسلہ ਇਸੇ ਤਰ੍ਹਾਂ ਚੱਲਦਾ ਰਹੇਗਾ ਇੱਕ ਇਮੀਗ੍ਰੈਂਟ ਜੋ ਇੱਥੇ ਆਇਆ ਪੱਗ ਦੀ ਪਹਿਚਾਣ ਨੂੰ ਉਹਨੇ ਦੇਸ਼ ਵਿਦੇਸ਼ਾਂ ਤੱਕ ਪਹੁੰਚਾਇਆ ਤੇ ਉਸ ਤੋਂ ਬਾਅਦ ਰੈੱਡ ਕਾਰਪਟ ਤੱਕ ਦਾ ਸਫਰ ਸੁਪਰ ਫੈਨ ਦ ਨੈਵ ਪਾਰਟੀਆਂ ਸ਼ਾਮਲ ਹੋਏ ਨੇ 셀ਫ ਮੇਡ ਬਿਜ਼ਨਸਮੈਨ ਜਿਹੜਾ ਇਮੀਗ੍ਰੇਟ ਹੋ ਕੇ ਕੈਨੇਡਾ ਆਇਆ 1984 ਦੇ ਉਸ ਦਰਦਨਾਕ ਵੇਲੇ ਪਤਾ ਨਹੀਂ ਸੀ ਜਦੋਂ ਉਸ ਟਾਈਮ ਸਿਰਫ ਇਹ ਸੀ ਕਿ ਕਿਸੇ ਤਰ੍ਹਾਂ ਇੱਥੋਂ ਜਾਇਆ ਜਾਏ ਕੈਨੇਡਾ ਪਹੁੰਚਿਆ ਜਾਏ ਨੈਵ ਜਦੋਂ ਤੁਸੀਂ ਪਹੁੰਚੇ ਸ਼ਾਇਦ ਜ਼ਿੰਦਗੀ ਸੁਰੱਖਿਆਤਾ ਸੀਗੀ ਕੈਨੇਡਾ ਦੇ ਵਿੱਚ ਪਰ ਸਟਰਗਲਸ ਉਹਨੀਆਂ ਹੀ ਸੀ ਚੈਲੰਜਸ ਉਹਨੇ ਹੀ ਸੀ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਉਸ ਵੇਲੇ ਸਟਰਗਲ ਐਸੀ ਪਰ ਇਹ ਖੁਸ਼ੀ ਹੁੰਦੀ ਸੀ ਮੈਂ ਬੇਸਮੈਂਟ ਰੈਂਟ ਕੀਤੀ ਸੀ ਮੌਲਟਨ ਵਿੱਚ 340 ਡਾਲਰ ਦੀ ਅੱਛਾ ਹਾਂ ਮੌਲਟਨ ਵਿੱਚ ਤੇ ਆਪਣਾ ਪੰਜਾਬੀਆਂ ਦਾ ਗੜ ਹੈ ਸਭ ਨੂੰ ਪਤਾ ਹੈ ਉੱਥੇ ਮੈਂ 340 ਡਾਲਰ ਦੀ ਪੇਮੈਂਟ ਬੇਸਮੈਂਟ ਰੱਖੀ ਹੋਰ ਮੈਨੂੰ ਹਾਲੇ ਤੱਕ ਨਹੀਂ ਯਾਦ ਹੈ ਕਿ ਮੈਂ ਬਹੁਤ ਖੁਸ਼ ਸਾਂ ਕਿਉਂਕਿ ਅਸੀਂ ਸੇਫ ਮਾਹੌਲ ਵਿੱਚ ਸਾਂ ਕਿਉਂਕਿ ਜਿਹੜੇ ਮਾਹੌਲ ਵਿੱਚੋਂ ਅਸੀਂ ਨਿਕਲ ਕੇ ਆਏ ਸਾਂ ਦਿੱਲੀ ਵਿੱਚੋਂ ਉਹ ਮਾਹੌਲ ਬੜਾ ਖਰਾਬ ਸੀ ਹਰ ਇੱਕ ਉੱਤੇ ਟਰੱਕ ਟਾਇਰ ਜਿਲਾ ਜਿਲਾ ਕੇ ਪਾਈ ਜਾ ਰਹੇ ਸਨ ਸੋ ਮੈਂ ਕਹਿੰਕਾ ਚਲੋ ਸੇਫ ਤੇ ਹਾਂ ਪਰ ਜੌਬ ਢੂੰਡਣਾ ਬਹੁਤ ਜ਼ਿਆਦਾ ਔਖਾ ਸੀ ਉਸ ਵੇਲੇ ਪਰ ਗੁਰੂ ਮਹਾਰਾਜ ਦੇ ਰਹਿਮਤ ਨਾਲ ਉਹਨਾਂ ਦਾ ਹੱਥ ਉੱਤੇ ਸੀ ਦੇ ਬਾਅਦ ਵਿੱਚ ਠੀਕ ਹੈ 84 ਵਿੱਚ ਜੌਬ ਵੀ ਮਿਲ ਗਿਆ ਗੱਡੀਆਂ ਵੇਚਣ ਦਾ ਠੀਕ ਹੈ ਮੈਨੂੰ ਇੰਜੀਨੀਅਰਿੰਗ ਦਾ ਨਹੀਂ ਮਿਲਿਆ ਜਿਹੜੀ ਕਿ ਮੇਰੀ ਐਜੂਕੇਸ਼ਨ ਸੀ ਪਰ ਗੱਡੀਆਂ ਦਾ ਕੰਮ ਮਿਲ ਗਿਆ ਔਰ ਗੁਰੂ ਮਹਾਰਾਜ ਨੇ ਉਹਨਾਂ 'ਜ ਪੰਜ ਡੀਲਰਸ਼ਿਪਾਂ ਦਿੱਤੀਆਂ ਆਈਆਂ ਨੇ 270 ਬੰਦੇ ਕੰਮ ਕਰਦੇ ਨੇ ਸੋ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਤੇ ਔਰ ਸਿੱਖੀ ਦੇ ਅੰਦਰ ਰਹਿੰਦਿਆਂ ਰਹਿੰਦਿਆਂ ਸਾਰਾ ਕੁਝ ਹੋਇਆ ਕਿਉਂਕਿ ਮੈਂ ਅੱਜ ਤੋਂ 54 ਸਾਲ ਪਹਿਲਾਂ ਆਪਣੀ ਮਾਂ ਨੂੰ ਇੱਕ ਪ੍ਰੋਮਿਸ ਕੀਤਾ ਸੀ ਮੇਰੀ ਮਾਂ ਨੇ ਤਿੰਨ ਚੀਜ਼ਾਂ ਮੇਰੇ ਕੋਲ ਮੰਗੀਆਂ ਸਨ ਮੈਂ 16 ਸਾਲ ਦਾ ਬੱਚਾ ਯੰਗ ਬੰਦਾ ਸਾਂ ਪੂਰੀ ਜਵਾਨੀ ਵਿੱਚ ਸਾਂ ਤੇ ਮੇਰੀ ਮਾਂ ਨੇ ਇੱਕ ਦਿਨ ਮੈਨੂੰ ਬੁਲਾ ਕੇ ਮੈਨੂੰ ਕਿਹਾ ਪੁੱਤ ਮੇਰੇ ਕੋਲ ਤਿੰਨ ਚੀਜ਼ਾਂ ਤੇ ਨੁਮਾਇਕਾਂ ਨੇ ਮੰਗਨੀਆਂ ਨੇ ਮੈਂ ਕਿਹਾ ਦੱਸੋ ਮਾਤਾ ਜੀ ਤੇ ਉਹਨਾਂ ਨੇ ਇੱਕ ਮੰਗਿਆ ਕਿ ਬਈ ਤੂੰ ਵਾਲ ਨਹੀਂ ਕੈਸ ਨਹੀਂ ਘਟਾਣੇ ਸਿਗਰਟ ਨਹੀਂ ਪੀਣੀ ਔਰ ਸ਼ਰਾਬ ਨਹੀਂ ਪੀਣੀ ਉਹ ਮੈਂ ਤਿੰਨੋ ਚੀਜ਼ਾਂ ਬੜਾ ਇਹ ਮੁਲਕ ਵਿੱਚ ਆ ਗਿਆ ਔਖਾ ਹੁੰਦਾ ਪਰ ਮੈਂ ਅੱਜ ਤੱਕ ਉਹ ਪ੍ਰੋਮਿਸ ਰੱਖਿਆ ਸੋ ਇਹ ਇੱਕ ਕਹਾਣੀ ਹੈ ਆਪਣੀ ਮਾਂ ਨੂੰ ਵਚਨ ਦੇਣ ਦੀ ਔਰ ਉਹ ਕਹਾਣੀ ਦੇ ਰਹਿਣਾ ਹਾਂ ਮੈਨੂੰ ਬੜੇ ਉੱਚਾ ਉੱਚਾ ਸਟਰੀਟ ਬੰਮਸਾਏ ਨੇ ਪਰ ਫਿਰ ਵੀ ਮੇਰਾ ਗੁਰੂ ਮਹਾਰਾਜ ਦਾ ਔਰ ਮੇਰੀ ਮਾਂ ਦਾ ਹੱਥ ਮੇਰੇ ਤੇ ਉੱਤੇ ਰਿਹਾ ਔਰ ਅੱਜ ਮੈਂ ਤੁਹਾਡੇ ਸਾਹਮਣੇ ਬੈਠ ਕੇ ਆਜੇ ਗੱਲ ਕਰ ਰਿਹਾ ਔਰ ਅੱਜ ਨੈਵ ਪਾਰਟੀਆ ਤੇ ਫਿਲਮ ਬਣ ਰਹੀ ਹੈ ਸਾਡੇ ਲਈ ਬੜੀ ਪ੍ਰਾਊਡ ਮੂਮੈਂਟ ਹੈ ਨੈਵ ਮੈਂ ਕਿਤੇ ਪੜਿਆ ਸੀ ਕਹਿੰਦੇ ਜਦੋਂ ਤੁਹਾਨੂੰ ਤੁਸੀਂ ਜੌਬ ਲਈ ਸਟਰਗਲ ਕਰ ਰਹੇ ਸੀ ਜਦੋਂ ਤੁਸੀਂ ਕੈਨੇਡਾ ਆਏ ਸੀਗੇ ਉਦੋਂ ਇੱਕ ਦੋਸਤ ਨੇ ਕਿਹਾ ਸੀ ਵੀ ਤੂੰ ਆਪਣੀ ਪਗੜੀ ਵੀ ਉਤਾਰ ਦੇ ਤੇ ਆਪਣੀ ਗਾੜੀ ਵੀ ਕਟਾ ਦੇ ਬਿਲਕੁਲ ਬਿਲਕੁਲ ਕਿਉਂਕਿ ਉਦੋਂ ਉਹਨੇ ਕਿਹਾ ਕਹਿੰਦੇ ਤੈਨੂੰ ਜੌਬ ਨਹੀਂ ਮਿਲਣਾ ਉਹ ਵੀ ਇੰਜੀਨੀਅਰ ਸੀ ਕਹਿੰਦਾ ਤੈਨੂੰ ਇਹ ਕਰਨਾ ਪੈਣਾ ਇਹਦੀ ਤੂੰ ਇ ਮੈਂ ਕਿ ਨਹੀਂ ਭਾਈ ਮੈਂ ਦੇ ਆਪਣੀ ਮਾਂ ਨੂੰ ਵਾਦਾ ਕੀਤਾ ਹੈ ਮੈਂ ਜੋ ਬਾਕੀ ਕਰ ਲਾਂਗਾ ਪਰ ਇਹ ਨਹੀਂ ਕਰਾਂਗਾ ਔਰ ਅੱਜ ਦੇਖੋ ਤੁਸੀਂ ਗੁਰੂ ਮਹਾਰਜ ਔਰ ਮੇਰੀ ਮਾਂ ਦੇ ਅੱਜ ਮੈਂ ਹੱਲੇ ਵੀ ਲੋਕਾਂ ਨੂੰ ਇੱਕ ਨਵੇਂ ਦੇ ਆਪਣੀ ਮੈਂ ਮਾਂ ਦਾ ਦਿੱਤਾ ਖਾ ਰਿਹਾ ਮੈਂ ਤਾਂ ਮਾਂ ਦਾ ਦਿੱਤਾ ਖਾ ਰਿਹਾ ਉਹਨੇ ਔਰ ਮਾਂ ਮੇਰੇ ਨਾਲ ਆ ਗਏ ਇੱਥੇ ਵੀ 25 ਸਾਲ ਰਹੀ ਵੀ ਹਾਂ 2010 ਵਿੱਚ ਉਹਨਾਂ ਦਾ ਧਿਆਨ ਤੋਇਆ ਪਰ ਮੇਰਾ ਖਿਆਲ ਹੈ ਅੱਜ ਵੀ ਉਹ ਮੇਰੇ ਲਈ ਉੱਤੇ ਬੈਠ ਕੇ ਅਰਦਾਸਾ ਕਰ ਰਹੇ ਨੇ ਕਿਉਂਕਿ ਜੋ ਮੇਰੇ ਨਾਲ ਵਾਪਰੇ ਹੈ ਇਹ ਮਤਲਬ ਜੀ ਜਾਨ ਦਿ ਗ੍ਰੈਂਡ ਮਾਰਸ਼ਲ ਪਰੇਡ ਦਾ ਬੰਨਾ ਮੁੰਦਰੀਆਂ ਮਿਲਣੀਆਂ ਚੈਂਪੀਅਨਸ਼ਿਪ ਰਿੰਗ ਮਿਲਣਾ ਹਾਲ ਆਫ ਫੇਮ ਵਿੱਚ ਰਹਿਣਾ ਹੁਣ ਉਸੇ ਹਾਲ ਆਫ ਫੇਮ ਵਿੱਚ ਸਾਡੀ ਪਗੜੀ ਹੈ ਮੇਰੀ ਪਗੜੀ ਹੈ ਮੈਨੂੰ ਕਿੰਨੀ ਖੁਸ਼ੀ ਹੋਏਗੀ ਮੇਰੀ ਮਾਂ ਨੂੰ ਕਿ ਮੇਰੇ ਪੁੱਤ ਦੀ ਪਗੜੀ ਸਾਡੇ ਸਿੱਖਾਂ ਦੀ ਪਗੜੀ ਹੈ ਮਾਂ ਨੇ ਜਿਹੜਾ ਉਸ ਟਾਈਮ ਉਹ ਵਚਨ ਲਿਆ ਸੀ ਕਿ ਤੂੰ ਸਿੱਖੀ ਨਹੀਂ ਛੱਡਣੀ ਤੇ ਤੁਸੀਂ ਪੂਰਾ ਕਰਕੇ ਦਿਖਾਇਆ ਉਹ ਪੱਗ ਅੱਜ ਹਾਲ ਆਫ ਫੇਮ ਦੇ ਵਿੱਚ ਪਈ ਹੈ ਮੈਨੂੰ ਲੱਗਦਾ ਇਸ ਤੋਂ ਵੱਡੀ ਕਿਸੇ ਸਿੱਖ ਲਈ ਇੱਕ ਮਾਣ ਵਾਲੀ ਗੱਲ ਹੋ ਨਹੀਂ ਸਕਦੀ ਮੈਨੂੰ ਨਹੀਂ ਸਾਡੇ ਸਾਡੇ ਪੰਜਾਬੀਆਂ ਦੇ ਵਾਸਤੇ ਸਿੱਖਾਂ ਵਾਸਤੇ ਹੋਰ ਮੈਂ ਕੀ ਹੈ ਇਹ ਮੂਵੀ ਜਿੱਦੂ ਤੁਸੀਂ ਦੇਖੋਗੇ ਇਹ ਤੁਹਾਨੂੰ ਲੱਗੇਗਾ ਇਹ ਤੇ ਮੂਵੀ ਤੁਹਾਡੀ ਆਪਣੀ ਹੈ ਦੀ ਇਹ ਮੂਵੀ ਜਿਹੜੀ ਹੈ ਬਣਾਈ ਹੈ ਮਤਲਬ ਐ ਸੀ ਬੀ ਸੀ ਦੇ ਆਣੀ ਹੈ ਡਿਸੰਬਰ 3 ਨੂੰ ਆਣੀ ਹੈ 9 ਵਜੇ ਕੋਸਟ ਟੂ ਕੋਸਟ ਆਣੀ ਹੈ ਹੋਰ ਇੱਥੇ ਵੈਂਕੂਵਰ ਵਿੱਚ ਔਰ ਵਿਕਟੋਰੀਆ ਵਿੱਚ ਇੱਥੇ ਚੈਰਿਟੀ ਆਰਗੇਨਾਈਜੇਸ਼ਨ ਹੈ ਵੀ ਦਾ ਵੈਸਟ ओके ਉਹਨਾਂ ਨੇ ਇਹ ਪ੍ਰੀਮੀਅਰ ਬਨਾਇਆ ਰੱਖਿਆ ਵੇ ਵਿਕਟੋਰੀਆ ਵਿੱਚ ਵੀ ਔਰ ਇੱਥੇ ਵੀ ਔਰ ਇੰਨਾ ਟਿਕਟਾਂ ਦੀ ਡਿਮਾਂਡ ਹੋ ਰਹੀ ਹੈ ਹੋਰ ਟਿਕਟਾਂ ਸਿਰਫ ਖਰੀਦ ਨਹੀਂ ਸਕਦੇ ਤੁਸੀਂ ਇਹ ਸਿਰਫ ਜਿਹੜੀਆਂ ਟਿਕਟਾਂ ਨੇ ਉਹ ਦੇਰੇ ਨੇ ਔਰ ਜਿੰਨੇ ਵੀ ਟਿਕਟਾਂ ਲੈਣੀਆਂ ਨੇ ਵਿਕਟੋਰੀਆ ਵਿੱਚ ਵੀ ਜਾਂ ਵੈਂਕੂਵਰ ਵਿੱਚ ਵੀ ਵੈਂਕੂਵਰ ਦਾ ਪ੍ਰੀਮੀਅਰ ਸੈਟਰਡੇ ਨੂੰ 20 ਤਰੀਕ ਨੂੰ ਹੈ ਵਿਕਟੋਰੀਆ ਦਾ ਰੈੱਡ ਕਾਰਪਟ ਪ੍ਰੀਮੀਅਰ 21 ਤਰੀਕ ਨੂੰ ਹੈ ਔਰ ਟਿਕਟਾਂ ਵਾਸਤੇ ਤੁਸੀਂ ਜਾਓ ਸੁਪਰਫੈਨ.ਡੌਕ.ਕਾਮ ਦੇਮ ਮੈਂ ਬੇਨਤੀ ਕਰਾਂਗਾ ਸਭ ਨੂੰ ਜਾਓ ਔਰ ਟਿਕਟਾਂ ਹਾਸਲ ਕਰੋ ਔਰ ਮੇਰੇ ਨਾਲ ਉਤੇ ਜੁਆਇਨ ਕਰੋ ਇਹ ਮੂਵੀ ਦੇਖਣ। ਜੀ। ਅੱਛਾ ਨੈਵ ਕੋਈ ਐਸੀ ਮੈਮਰੀ ਜਾਂ ਕੋਈ ਐਸਾ ਚੈਲੰਜ ਜਾਂ ਕੋਈ ਐਸੀ ਸੈਲੀਬ੍ਰੇਸ਼ਨ ਜਿਹੜੀ ਕਿਸੇ ਨੂੰ ਨਹੀਂ ਪਤਾ ਨੈਵ ਬਾਰੇ ਅੱਜ ਤੁਸੀਂ ਇਸ ਸ਼ੋਅ ਦੇ ਵਿੱਚ ਉਹਦਾ ਖੁਲਾਸਾ ਕਰਨਾ ਚਾਹੁੰਦੇ ਹੋ। ਕੋਈ ਸਟਰਗਲ ਜ਼ਿੰਦਗੀ ਦੀ ਜਿਹੜੀ ਜਿਹੜੀ ਲੋਕ ਨਹੀਂ ਜਾਣਦੇ ਆਮ ਨਹੀਂ ਜਾਣਦੇ ਤੁਸੀਂ ਕਿੰਨਾ ਕੁਝ ਲਿਖਿਆ ਤੁਹਾਡੇ ਬਾਰੇ ਆਰਟੀਕਲਸ ਛਪੇ ਨੇ ਮੂਵੀ ਬਣ ਰਹੀ ਹੈ। ਲੇਕਿਨ ਕੋਈ ਐਸੀ ਮੂਮੈਂਟ ਹੈ ਜਿਹੜੀ ਨਹੀਂ ਡਿਸਕ੍ਰਾਈਬ ਹੋਈ ਹਜੇ ਤੱਕ। ਮੇਰੇ ਖਾਲ ਮੇਰੇ ਦੀ ਬੜੀ ਇੱਕ ਸ਼ੀਸ਼ੇ ਵਤਨ ਸਭ ਨੂੰ ਪਤਾ ਹੀ ਹੈ ਮੈਂ ਪਰ ਯੂ نو ਟੱਚਿੰਗ ਮੋਮੈਂਟ ਹੈ ਮੈਂ ਜਿਹੜੀ ਤੁਹਾਨੂੰ ਅੱਜ ਸ਼ੇਅਰ ਕਰ ਰਹੀ ਆ ਮੇਰੀ ਮਾਂ ਖੀਰਲੇ ਦਮਾ ਦੇ ਬੈਡ ਦਿਸੀ ਅੱਛਾ ਦੇ ਮੇਰੀ ਮਾਂ ਨੂੰ ਨਾ ਗੋਲ ਗੱਪੇ ਔਰ ਚਾਟ ਪਾਪੜੀ ਦਾ ਬੜਾ ਸ਼ੌਂਕ ਸੀ ਦੇ ਮੈਂ ਉਹਨਾਂ ਨੂੰ ਮਤਲਬ ਜਰੂਰ ਲੈ ਆ ਕੇ ਖਿਲਾਂਦਾ ਹੁੰਦਾ ਸਾਂ ਜਦੋਂ ਉਹ ਬਜ਼ੁਰਗ ਸਨ ਮਲਬੜੇ ਬਿਸਤਰ ਦੇ ਵਿੱਚ ਸਨ ਤੇ ਮੈਂ ਪਾਣੀ ਭਾ ਕੇ ਉਹਨਾਂ ਦੇ ਮੂੰਹ ਪਾ ਦੱਸਾਂ ਦੇ ਇੱਕ ਦਿਨ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਪੁੱਤ ਮੈਂ ਚਲੀ ਜਾਵਾਂਗੀ ਤੇ ਕਿੰਨੂੰ ਖਵਾਏਗਾ ਹਾਂ ਯੈਸ ਦੈਟ ਇਜ਼ ਅ ਮੈਮਰੀ ਆਈ ਰਿਮੈਂਬਰ ਏਵਰੀ ਡੇ ਨਾ ਦੇਖੋ ਮੇਰੀ ਮਾਂ ਜੁੰਦੀ ਕਿੰਨੀ ਖੁਸ਼ ਹੋ ਨਾ ਬਿਲਕੁਲ ਬਿਲਕੁਲ ਅੱਜ ਨਵ ਜਿੱਥੇ ਵੀ ਉਹ ਹੈਗੇ ਆ ਤੁਸੀਂ ਉਹਨਾਂ ਦੀ ਉਹਨਾਂ ਨੂੰ ਦਿੱਤਾ ਹੋਇਆ ਇੱਕ ਵਾਦਾ ਪੂਰਾ ਕੀਤਾ ਔਰ ਤੁਹਾਡੀਆਂ ਅੱਖਾਂ ਦੀ ਇਹ ਨਮੀ ਤੁਹਾਡੀ ਇੱਕ ਸ਼ਰਧਾਂਜਲੀ ਹੈ ਉਹਨਾਂ ਦੇ ਪ੍ਰਤੀ ਜਿਹੜਾ ਤੁਸੀਂ ਵਾਦਾ ਕੀਤਾ ਸੀ ਆਉਣ ਲੱਗਿਆਂ ਤਿੰਨ ਵਚਨ ਦਿੱਤੇ ਸੀਗੇ ਬਹੁਤ ਔਖੇ ਹੁੰਦੇ ਨੇ ਨਿਭਾਉਣੇ ਖਾਸ ਕਰਕੇ ਜਦੋਂ ਤੁਸੀਂ ਇਮੀਗ੍ਰੈਂਟ ਹੋ ਤੁਹਾਨੂੰ ਪਤਾ ਹੀ ਨਹੀਂ ਕਿ ਅੱਗੇ ਜਾ ਕੇ ਹੋਣਾ ਕੀ ਹੈ ਤੁਹਾਡੇ ਨਾਲ ਬੜਨੀ ਕੀ ਹੈ ਜਿੱਥੇ ਤੁਹਾਨੂੰ ਪੈਰ ਪੈਰ ਤੇ ਲੋਕ ਇਹ ਕਹਿ ਰਹੇ ਨੇ ਕਿ ਤੂੰ ਪਗੜੀ ਉਤਾਰ ਦੇ ਤੂੰ ਦਾੜੀ ਕਟਾ ਦੇ ਤਾਂ ਤੈਨੂੰ ਜਵਾਬ ਮਿਲੂਗੀ ਤੂੰ ਤਾਂ ਸਟਰਗਲ ਕਰਨੀ ਹੈ ਤੂੰ ਤਾਂ ਕੰਮ ਕਰਨ ਆਇਆ ਹੈ ਪੈਸੇ ਆਣਾ ਉਥੇ ਉਸ ਵਚਨ ਨੂੰ ਨਿਭਾਉਣਾ ਆਈ ਥਿੰਕ ਹੈਟਸ ਆਫ ਟੂ ਯੂ ਤੇ ਤੁਹਾਡਾ ਇੱਕ ਬਹੁਤ ਪਾਵਰਫੁਲ ਮੈਸੇਜ ਹੈ ਜਿਹੜਾ ਬੱਚਿਆਂ ਨੂੰ ਜਾਂਦਾ ਕਿ ਪੱਗ ਦੀ ਜਿਹੜੀ ਪਛਾਣ ਹੈ ਨਾ ਆਪਣੀ ਜਿਹੜੀ ethnicities identity ਹੈ ਨਾ ਉਹ ਬਹੁਤ ਪਾਵਰਫੁਲ ਹੈ ਔਰ ਤੁਸੀਂ ਇੱਕ ਬੜਾ ਖੂਬਸੂਰਤ ਮੈਸੇਜ ਦਿੱਤਾ ਹੈ ਕਿ ਉਹਨੂੰ ਆਪਣੀ ਸਟਰੈਂਥ ਬਣਾਓ ਉਹਨੂੰ ਆਪਣੀ ਵੀਕਨੈਸ ਨਾ ਬਣਨ ਦਿਓ ਬਿਲਕੁਲ ਤੁਸੀਂ ਬੜੇ ਚੰਗੇ ਸ਼ਬਦਾਂ ਵਿੱਚ ਇਹ ਦੱਸ ਦਿੱਤਾ ਹੈ ਕਿ ਆਪਣੀ ਸਟਰੈਂਥ ਹੈ ਸਾਡੀ ਹੈ ਪਿਛਕੋ ਕੋਈ ਕੁੜੀ ਹਜਾਬ ਪਾ ਰਹੀ ਹੈ ਮੁਸਲਮਾਨੀ ਉਹ ਉਹਦੀ ਸਟਰੈਂਥ ਬਣਾਓ ਤੁਸੀਂ ਪਰ ਫਾਲੋ ਇਟ ਯੂ نو ਬੀ ਅ ਟ੍ਰੂ ਹੂਐਵਰ ਸਾਰੇ ਇੱਕ ਅੰਦਰੋਂ ਦੇ ਸਾਰੇ ਇੱਕੋ ਹੀ ਨੇ Hindu ਹੋਣ ਮੁਸਲਮਾਨ ਸਰਦਾਰ ਯੂ نو ਸਿੱਖਾਂ ਦਾ ਤੇ ਬੜੀ ਖੂਬਸੂਰਤ ਗੱਲ ਹੈ ਕਿ ਅਸੀਂ ਸਵੇਰੇ ਉੱਠ ਕੇ ਸਭਨੂੰ ਪਹਿਲਾਂ ਜਦੋਂ ਅਰਦਾਸ ਕਰਨੀ ਆ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਅਸੀਂ ਦੇ ਉਹ ਕੌਮ ਆ ਜਿਹੜੇ ਕਿ ਮਤਲਬ ਸਾਰਿਆਂ ਦਾ ਜਿਹੜਾ ਪਰ ਆ ਮੰਨ ਮੰਨੇ ਆ ਹੁਣ ਇੱਥੇ ਵੀ ਦੇਖੋ ਸਿੱਖਾਂ ਨੇ ਜਦੋਂ ਕੋਵਿਡ ਵੇਲੇ ਕਿੰਨਾ ਕੁ ਉੱਥੇ ਸੇਵਾ ਕੀਤੀ ਦੁਨੀਆ ਭਰ ਵਿੱਚ ਲੰਗਰ ਬਣਾਏ ਆਕਸੀਜਨਾਂ ਦਿੱਤੀਆਂ ਜਿੱਥੇ 80-8000 ਰੁਪਏ ਦੇ ਆਕਸੀਜਨ ਦੇ ਟੈਂਕਸ ਨੇ ਉਹ ਦਿੱਤੇ ਸਭ ਨੂੰ ਔਰ ਇੱਥੇ ਵੀ ਹੁਣ ਮੈਂ ਸੁਣਿਆ ਔਰ ਦੇਖਿਆ ਕਿ ਜਦੋਂ ਕਿ ਇੱਥੇ ਫਲਡਸ ਆਏ ਨੇ ਤੇ ਗੁਰਦੁਆਰਿਆਂ ਵਿੱਚੋਂ ਬੰਗੇ ਲੰਗਰ ਹੈਲੀਕਾਪਟਰ ਵਿੱਚ ਜਾ ਰਹੇ ਨੇ ਇਹ ਸਿੱਖੀ ਹੈ ਸਾਡੀ ਸਾਡੇ ਮਾਪਿਆਂ ਨੇ ਕੁਝ ਬਜ਼ੁਰਗਾਂ ਨੇ ਚੰਗਾ ਕੰਮ ਕੀਤਾ ਕਿ ਅਸੀਂ ਇੱਕ ਸਿੱਖ ਪੈਦਾ ਹੋਏ ਹਾਂ ਸੋ ਮੈਂ ਇਹ ਚਾਹਨਾ ਕਿ ਹਰੇ ਕੋਈ ਮੱਲਬ ਆਪਣਾ वीकनेस ना, ना समझा hmm. करो ऐसी वी लुक डिफरेंट बट डोंट टेक इट एज वीकनेस टेक इट एज एंड देर इज ए स्ट्रेंथ इन डायवर्सिटी दैट्स मैं दसना चाहना सारे और ए, मेरा खाब सी कि मैं ਆਪਣੀ ਕਮਿਊਨਿਟੀ ਸਿੱਖਾ ਨੂੰ ਪੰਜਾਬੀਆਂ ਨੂੰ ਮੇਨਸਟ੍ਰੀਮ ਨਾਲ ਜੋੜਾ ਹੋਰ ਆ ਜੋੜ ਰਹੇ ਆ ਹੁਣ ਦੇਖੋ ਐਸੇ ਕਰਕੇ ਆਟਵਾ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਡਿਸੰਬਰ 1 ਨੂੰ ਇਹ ਮੂਵੀ ਦਿਖਾ ਰਹੇ ਨੇ ਦੇਖੋ ਦੇਖੋ ਔਰ ਸਭ ਤੋਂ ਵੱਡੀ ਗੱਲ ਜਿਹੜੇ ਮੈਂ ਤੁਸੀਂ ਜ਼ਿਕਰ ਕੀਤਾ ਕਿ ਹਾਲ ਆਫ ਫੇਮ ਦੇ ਵਿੱਚ ਉਸ ਪਗੜੀ ਦਾ ਪਏ ਹੋਣਾ ਸਾਡੇ ਸਾਰਿਆਂ ਦਾ ਸਿਰ ਜਿਹੜਾ ਨਾ ਉਹ ਮਾਣ ਨਾਲ ਉੱਚਾ ਕਰ ਦਿੰਦਾ ਔਰ ਉਹਦਾ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਜੇ ਸ਼ਾਇਦ ਉਹ ਵਚਨ ਤੁਸੀਂ ਨਾ ਨਿਭਾ ਪਾਉਂਦੇ ਜੇ ਸ਼ਾਇਦ ਉਸ ਟਾਈਮ ਤੁਸੀਂ ਉਸੇ ਚੱਕਰ ਵਿੱਚ ਜੰਦਾ ਡਾਇਗਮ ਜੰਦਾ ਹਾਂਜੀ ਤਾਂ ਅੱਜ ਨੈਪ ਪਾਟੀਆਂ ਨੈਪ ਪਾਟੀਆਂ ਨਾ ਹੁੰਦੀ ਹਾਂ ਮਤਲਬ ਹੈ ਮੈਂ ਨਹੀਂ ਮੈਂ ਚਾਹੁੰਦਾ ਕਿ ਮੇਰੀ ਪਛਾਣ ਹੀ ਗੁਰੂ ਮਹਾਰਾਜ ਨੇ ਐਜ਼ ਅ ਸਿੱਖ ਬਣਾਈ ਹੈ ਜਦੋਂ ਕਿ ਹੋਰ ਮਨੂੰ ਇਹ ਹਜ਼ਾਰਾਂ ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਗੇਮ ਦੇਖਨੇ ਆ ਬਜ਼ੁਰਗਾਂ ਨੇ ਵੀ ਕਿਹਾ ਬੱਚਿਆਂ ਨੇ ਵੀ ਅਸੀਂ ਦੇਖਨੇ ਤੂੰ ਬੈਠਾ ਕਿ ਨਹੀਂ ਬੈਠਾ yes so this is a gurumaraj di kirpa aur main chahunga ki eh movie hai jehdi eh tohanu bada ਅੰਦਰੋਂ ਦੇਗੀ ਮਾਨ ਦੇਗੀ ਕਿ ਭਈ ਇਹ ਸਾਡੀ ਸਟੋਰੀ ਹੈ ਤੁਹਾਨੂੰ ਸਟਰੋਂਗ ਬਣਾਏਗੀ ਇਹ ਮੂਵੀ ਕਿਉਂਕਿ ਇਹ ਮੂਵੀ ਜਿਹੜੀਆਂ ਸਾਰੀਆਂ ਚੀਜ਼ਾਂ 1 ਘੰਟੇ ਵਿੱਚ ਦਿਖਾਈਆਂ ਗਈਆਂ ਨੇ ਉਹ ਸਾਰੀ ਇਸ ਬੇਸਡ ਔਨ ਸਟਰੈਂਥ ਨੇ ਹਾਂਜੀ ਮੇਰੇ ਸਪੀਡ ਬੰਬਸ ਵੀ ਨੇ ਪਰ ਅਸੀਂ ਕਿਸਰਾ ਹੈਂਡਲ ਕੀਤਾ ਉਹ ਕਰਕੇ ਤੁਹਾਨੂੰ ਇਹ ਸਭ ਨੂੰ ਸਟਰੋਂਗ ਬਣਾਏਗੀ ਯੈਸ ਤੁਹਾਡੀ ਇਨਸਪੀਰੇਸ਼ਨ ਤੇ ਮੋਟੀਵੇਸ਼ਨ ਕੌਣ ਰਿਹਾ ਇਸ ਸਾਰੀ ਸਾਰੀ ਜਰਨੀ ਦੇ ਵਿੱਚ ਇਸ ਸਾਰੀ ਜਰਨੀ 'ਚ ਮੇਰੇ ਵਾਈਫ ਨੇ ਬੜਾ ਸਾਥ ਦਿੱਤਾ ਹੈ ਪਹਿਲਾਂ ਤੇ ਮੇਰੀ ਵਾਈਫ ਤੰਗ ਹੁੰਦੀ ਸੀ ਕਿ ਮੈਂ ਹਰ ਰੋਜ਼ ਗੇਮ ਤੇ ਚਲਾ ਜਾਂਦਾ ਸਾਂ ਦੇ ਇਹ ਉਦੋਂ ਦੀ ਗੱਲ ਹੈ ਹਲੇ ਮੇਰੇ ਮਾਤਾ ਜੀ ਹੁੰਦੇ ਸਨ ਉਦੋਂ ਤੇ ਸਾਰੇ ਮੈਨੂੰ ਕਹਿੰਦੇ ਸਨ ਤੂੰ ਐਵੇਂ ਵੇਸਟ ਕਰਨਾ ਹੈ ਪੈਸੇ ਜਾਂਨਾਵੇਂ ਐ ਖਰਚ ਦੇ ਨਾਵੇਂ ਉੱਥੇ ਜਾ ਕੇ ਗੇਮਾਂ ਦੇਖਣਾਵੇਂ ਉਹ ਕਰਨਾ ਹੈ ਮੇਰੀ ਮਾਂ ਨੇ ਕਿਹਾ ਉਹ ਆਪਣਾ ਕਮਾਂਦਾ ਹੈ ਆਪਣਾ ਖੰਦਾ ਹੈ ਉਹਨੂੰ ਕਰਨ ਦਿਓ ਜੋ ਕਰ ਰਿਹਾ ਵੇ ਕੋਈ ਗੱਲ ਚੰਗ ਮਾਂ ਨੇ ਸਪੋਰਟ ਕੀਤਾ ਮੈਨੂੰ ਹਲੇ ਤੱਕ ਵੀ ਯਾਦ ਹੈ ਤੇ ਅਸਲੀ ਮਨੂੰ ਨਾ ਮੈਂ ਸਮਝਾਂਗਾ ਤੇ ਮੇਰੀ ਵਾਈਫ ਪਹਿਲਾਂ ਤੇ ਇੱਕ ਹੁੰਦਾ ਸੀ ਕਿ ਕਿਉਂਕਿ ਖਰਚੇ ਬੜੀ ਮਹਿੰਗੀ ਗੇਮ ਹੈ ਤੇ ਟਾਈਮ ਵੀ ਬੜਾ ਲੱਗਦਾ ਸੀ ਨਾਲੇ ਮੈਂ ਆਪਣੇ ਵਾਈਫ ਦੀਆਂ ਬਰਥਡੇ ਵੀ ਮਿਸ ਕੀਤੇ ਮੈਂ ਆਪਣੇ ਵਾਈਫ ਦੀ ਵੈਡਿੰਗ ਅਨਾਨਸ ਵੀ ਮਿਸ ਕੀਤੀਆਂ ਤੇ ਨਾਲ ਮੇਰੀ ਜਿਹੜੀ ਬੱਚੀ ਹੈ ਕੁਦਰਤ ਪਾਟੀਆਂ ਮਤਲਬ ਉਹਨੇ ਵੀ ਬੜਾ ਸਾਥ ਦਿੱਤਾ ਸੋ ਇਹ ਮੈਨੂੰ ਦੋਨੋਂ ਨੇ ਬੜਾ ਸਾਥ ਦਿੱਤਾ ਔਰ ਉਹਦੇ ਤੋਂ ਇਲਾਵਾ ਜਿਹੜਾ ਮੇਰਾ ਮੈਨੇਜਰ ਹੈ ਰਿੰਕੂ ਗਈ ਜਿਹੜਾ ਕਿ ਮੈਨੂੰ ਮੈਨੇਜ ਕਰ ਰਿਹਾ 6 ਸਾਲਾਂ ਤੋਂ ਜਦੋਂ ਤੂੰ ਆਇਆ 6 ਸਾਲਾਂ ਤੋਂ ਐਨੇ ਮੇਰੇ ਨਾਲ ਬੜਾ ਸਾਥ ਦਿੱਤਾ ਮਨੂੰ ਐਨੇ ਅੱਜ ਮੈਂ ਜਿਹੜੀ ਜਗ੍ਹਾ ਪਹੁੰਚਿਆ ਵਾ ਐ ਐਦੀ ਸੋਚ ਸੀ ਕਿ ਇਹ ਹੋ ਸਕਦਾ ਕਿਉਂਕਿ ਮੈਂ ਤੇ ਖੁਸ਼ ਸਾਂ ਐਜ਼ ਅ ਸੁਪਰ ਫੈਨ ਮਨੂੰ ਪਿਆਰ ਮਿਲਦਾ ਸੀ ਮੈਂ ਆਪਣਾ ਥੋੜਾ ਬਹੁਤ ਕਰ ਦਿੰਦਾ ਸਾਂ ਦਾਨ ਵਾਂਡ ਕਰ ਦਿੰਦਾ ਹੁੰਦਾ ਸਾਂ ਪਰ ਫਿਰ ਅਸੀਂ ਉਹ ਦੋ ਸਾਲ ਪਹਿਲਾਂ ਇੱਕ ਫਾਊਂਡੇਸ਼ਨ ਵੀ ਖੁੱਲੀ ਨਾ ਪਾਟਿਆ ਫਾਊਂਡੇਸ਼ਨ ਨਾ ਬੜੀ ਸੁਪਰ ਫੈਨ ਫਾਊਂਡੇਸ਼ਨ ਖੁੱਲੀ ਜਿਹਦੇ ਥੱਲੇ ਅਸੀਂ ਫਰੀਦਕੋਟ ਵਿੱਚ ਅੱਛਾ फरीदकोट ਵਿੱਚ 35 ਸਕੂਲਾਂ ਵਿੱਚ ਕੁੜੀਆਂ ਦੇ 135 ਵਾਸ਼ਰੂਮ ਬਣਾਏ ਜਿਹੜੀਆਂ ਕਿ ਕੁੜੀਆਂ 11 ਸਾਲ ਬਾਅਦ ਸਕੂਲ ਛੱਡ ਦਿੰਦੀਆਂ ਸਨ ਕਿਉਂਕਿ ਉੱਥੇ ਵਾਸ਼ਰੂਮ ਨਹੀਂ ਸਨ ਜਦੋਂ ਉਹਨਾਂ ਦਾ ਪੀਰੀਅਡ ਸ਼ੁਰੂ ਹੁੰਦੇ ਸਨ ਉਹ ਛੱਡ ਦਿੰਦੀਆਂ ਸਨ ਤੇ ਗਰੀਬ ਕੁੜੀਆਂ ਸਨ ਹੁਣ ਹਰ ਇੱਕ ਕੁੜੀ ਫਰੀਦਕੋਟ ਵਿੱਚ ਜਾਂਦੀ ਹੈ ਹੁਣ ਉਹੀ ਚੀਜ਼ ਅਸੀਂ ਅਲਵਰ ਵਿੱਚ ਕੀਤੀ ਹੈ ਸੋ ਅਸੀਂ ਉਹ ਕੰਟੀਨਿਊ ਕਰਾਂਗੇ ਉਹ ਫਾਊਂਡੇਸ਼ਨ ਸੋ ਸਿਰਫ ਇਹ ਮੈਂ ਜਿਹੜੀ ਪੇਗਾਮ ਦੇ ਪਹੁੰਚਿਆ ਉਹਦੇ ਵਿੱਚ ਮੇਰੀ ਵਾਈਫ ਮੇਰੀ ਜਿਹੜੀ ਹੈ ਮੇਰੀ ਬੱਚੀ ਮੇਰਾ ਮੈਨੇਜਰ ਔਰ ਮੇਰੇ ਸਾਰੇ ਕੰਮ ਕਰਨ ਵਾਲਿਆਂ ਦਾ ਮੈਂ ਤੇ ਸਮਝਾਂਗਾ ਮੇਰੇ ਉਹਨਾਂ ਦਾ ਵੀ ਬੜਾ ਸਾਥ ਹੈ ਸੋ ਮਨੂੰ ਕਈ ਇਨਸਪੀਰੇਸ਼ਨ ਕਰਨ ਵਾਲੇ ਪਰ ਮੇਰੀ ਮਾਂ ਹੈ ਜਿਹੜੀ ਉਹ ਉਦੋਂ ਸਾਰਾ ਉਹ ਮਤਲਬ ਉਹ ਸੀ ਮੇਨ ਚੀਜ਼ ਮੇਰੀ ਮਾਂ ਸੀ ਅੱਛਾ ਨਾ ਤੁਸੀਂ ਦੱਸਿਆ ਕਿ ਕਈ ਵਾਰੀ ਵਾਈਫ ਕਹਿ ਵੀ ਦਿੰਦੇ ਸੀ ਕਿ ਨਹੀਂ ਜਾਣਾਗੇ ਇਹ ਦੇਖਣ ਕਿਉਂਕਿ ਉਹਦੋਂ ਸ਼ੁਰੂਆਤੀ ਦਿਨ ਸੀਗੇ ਨਾ ਟਿਕਟ ਵੀ ਮਹਿੰਗੀ ਹੁੰਦੀ ਆ ਪੈਸੇ ਲੈ ਕੇ ਜਾਣਾ ਇਦਾਂ ਵੀ ਹੋਇਆ ਕਦੇ ਕਿ ਤੁਸੀਂ ਕਿਹਾ ਵੀ ਤੂੰ ਨਾਲ ਚੱਲਿਆ ਨਹੀਂ ਇਦਾਂ ਕਦੇ ਨਹੀਂ ਨਹੀਂ ਉਹ ਉਹ ਇੱਕ ਦੋ ਵਾਰ ਗਈ ਵੀ ਆ ਪਰ ਉਹ ਕਹਿੰਦੀ ਨਹੀਂ ਮੈਂ ਨਹੀਂ ਮੈਂ ਨਹੀਂ ਖਰਚ ਨਹੀਂ ਮੈਂ ਨਹੀਂ ਜਾਣਾ ਹਾਂ ਮੈਂ ਨਹੀਂ ਉਹ ਮਤਲਬ ਤੁਹਾਨੂੰ ਪਤਾ ਹੈ ਸਾਡੀਆਂ ਜਿਹੜੀਆਂ ਜਨਨੀਆਂ ਹੁੰਦੀਆਂ ਨੇ ਉਹ ਬੜੀਆਂ ਹਿਸਾਬੀ ਹੁੰਦੀਆਂ ਨੇ ਕਿ ਭਈ ਘਰ ਵਾਲਾ ਨਹੀਂ ਮਿਹਨਤ ਕਰਦਾ ਤੇ ਫਿਰ ਪਰ ਹੁਣ ਉਹਨੂੰ ਸਮਝਾ ਆ ਗਿਆ ਕਿ ਵੀ ਇਹ ਇਹਦਾ ਹੋਰ ਕੋਈ ਸ਼ੌਂਕ ਨਹੀਂ ਹੈ ਮੈਂ ਜਾ ਕੇ ਸ਼ਰਾਬ ਨਹੀਂ ਪੀਣੀ ਮੈਂ ਕੋਈ ਪਬ ਨਹੀਂ ਜਾਣਾ ਮੈਂ ਕੋਈ ਬੋਟਿੰਗ ਨਹੀਂ ਜਾਣਾ ਜਾਂ ਹੋਰ ਕਿਧਰੇ ਨਹੀਂ ਜਾਣਾ ਮੇਰਾ ਸ਼ੌਂਕ ਸਿਰਫ ਬਾਸਕਟਬਾਲ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਬਾਸਕਟਬਾਲ ਮੇਰਾ ਸ਼ੌਂਕ ਚੰਗਾ ਬਣਿਆ ਕਿਉਂਕਿ ਇਹਦੇ ਥਰੂ ਹੀ ਮੈਂ ਸਾਰਿਆਂ ਨੂੰ ਇਕੱਠਾ ਕਰ ਰਿਹਾ ਹਾਂ ਆਮ ਬ੍ਰਿੰਗਿੰਗ एवरीवन ਬੀ ਟੂਗੇਦਰ ਥਰੂ ਦਾ ਗੇਮ ਆਫ ਬਾਸਕਟਬਾਲ ਤੁਸੀਂ ਤੁਹਾਡੇ ਫਾਦਰ ਚਾਹੁੰਦੇ ਸੀਗੇ ਤੁਸੀਂ ਡਾਕਟਰ ਬਣੋ ਹੈਨਾ ਹਾਂਜੀ ਹਾਂਜੀ ਮੈਨੂੰ ਮੈਂ ਦੇਖਿਆ ਕਿ ਤੁਹਾਡਾ ਆਪਟੀਕਲ ਬਿਜ਼ਨਸ ਸੀਗਾ ਹਾਂਜੀ ਹਾਂਜੀ ਤੁਸੀਂ ਡਾਕਟਰ ਬਣਾਉਣਾ ਚਾਹੁੰਦੇ ਸੀ ਤੁਸੀਂ ਇੰਜੀਨੀਅਰਿੰਗ ਵਾਲ ਚਲੇ ਗਏ ਉਸ ਤੋਂ ਬਾਅਦ ਡੀਲਰਸ਼ਿਪ ਉਸ ਤੋਂ ਬਾਅਦ ਬਾਸਕਟਬਾਲ ਫੈਨ ਇਹ ਜਿਹੜੀ ट्रांजिशन ਸੀ ਕਿੱਦਾਂ ਹੋਈ ਇਹ ਦੇਖੋ ਜੀ ਮੈਂ ਡਾਕਟਰੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬੜੇ ਲਾਇਕ ਬੰਦੇ ਚਾਹੀਦੇ ਨੇ ਤੇ ਮੈਂ ਇੰਜੀਨੀਅਰਿੰਗ ਮੰਨੂ ਫਿਰ ਮੈਂ ਕਰ ਲਈ ਪਰ ਮੇਰੇ ਡੈਡੀ ਚੰਦੇ ਸਨ ਕਿ ਡਾਕਟਰ ਬਣਾ ਸਾਡਾ ਆਪਟੀਕਲ ਦਾ ਕੰਮ ਸੀ ਬਹੁਤ ਵੱਡੀ ਸਾਡਾ ਕੰਮ ਸੀ ਉਹਦਾ ਵੀਵਰ ਦਾ ਸਪਲਾਈਰ ਟੂ ਦਾ ਇੰਡੀਅਨ ਆਰਮੀ ਦੇ ਉੱਥੇ ਸਾਡਾ ਕੰਮ ਸੀ ਤੇ ਮੇਰੇ ਡੈਡੀ ਕਹਿੰਦੇ ਸਨ ਬਟਾ ਜੋ ਵੀ ਤੂੰ ਕਰ ਲੈਣਾ ਪਹਿਲਾਂ ਡਿਗਰੀ ਲੈ ਲੈ ਫਿਰ ਉਹਦੇ ਬਾਅਦ ਤੂੰ ਕੰਮ ਵੀ ਚਾਹੀ ਤੂੰ ਮੈਂ ਬੀਸਿਕਲੀ 83 ਵਿੱਚ ਆਪਣਾ ਕੰਮ ਵਿੱਚ ਪੈ ਗਿਆ ਸਾਂ ਆਪਟੀਕਲ ਦੇ ਕੰਮ ਵਿੱਚ ਪਰ ਉਹਦੇ ਬਾਅਦ ਫਿਰ ਰਾਈਟਸ ਹੋ ਗਏ ਰਾਈਟਸ ਦੇ ਬਾਅਦ ਫਿਰ ਮੈਂ ਅਸੀਂ ਇੱਥੇ ਦੇ ਫਿਰ ਮੈਂ ਆਹستہ ਆਹستہ ਆਪਣੇ ਸਾਰੇ ਪਰਿਵਾਰ ਨੂੰ ਇੱਥੇ ਬੁਲਾ ਲਿਆ ਤੇ ਉਹਦੇ ਬਾਅਦ ਤੁਹਾਨੂੰ ਪਤਾ ਹੈ ਕਿ ਇੰਜੀਨੀਅਰ ਨੂੰ ਜੌਬ ਨਹੀਂ ਮਿਲੀ ਇੰਜੀਨੀਅਰ ਨੇ ਚੂੜਦਾ ਕੰਮ ਕੀਤਾ ਟਟੀਆਂ ਸਾਫ਼ ਕੀਤੀਆਂ ਲਾਂਸ ਮੋਏ ਤੇ ਪੇਂਟਿੰਗਾਂ ਕੀਤੀਆਂ ਔਰ ਕਿਉਂਕਿ ਖਰਚਾ ਤੇ ਹੁੰਦਾ ਹੀ ਹੈ ਹਾਂਜੀ ਔਰ ਤੁਹਾਨੂੰ ਪਤਾ ਹੈ ਕਿ ਐਜ਼ ਅ ਸਿੱਖ ਤੁਸੀਂ ਮੰਗਦੇ ਨਹੀਂ ਹੋ ਕਿਸੇ ਕੋਲ ਤੁਸੀਂ ਬੜੇ ਵੀ ਆਰ ਵੈਰੀ ਹਾਰਡ ਵਰਕਿੰਗ ਪੀਪਲ ਦ ਐਂਡ ਵੈਰੀ ਲਾਇਲ ਪੀਪਲ ਸੋ ਉਹਦੇ ਬਾਅਦ ਫਿਰ ਮੈਂ ਕਾਰ سیلز مین بن ਗਿਆ کار سیلز مین ਤੇ ਬਹੁਤ ਗੁਰੂ ਮਹਾਰਾਜ ਨੇ ਬੜੀ ਤਰੱਕੀ ਦਿੱਤੀ ਹੁਣ ਅੱਜ 5 ਡੀਲਰਸ਼ਿਪਾਂ ਨੇ ਹੁੰਡੇ ਔਰ ਜੈਰਿਸਿਸ ਦੀਆਂ ਸੋ ਮੈਨੂੰ ਫਿਰ ਬਾਸਕਟਬਾਲ ਦਾ ਚੌਂਦ ਪਰ ਤਰੂੰ ਦੱਸਿਆ ਕਿ ਮੈਂ ਬੜਾ ਬੋਰਿੰਗ ਬੰਦਾ ਸਾਂ ਸਿਰਫ ਕੰਮ-ਕੰਮ ਹੀ ਔਰ ਕੰਮ ਹੀ ਕਰਦਾ ਸਾਂ ਹਫਤੇ ਦੇ 100 ਘੰਟੇ ਕੰਮ ਲ ਕਰਦਾ ਸਾਂ ਫਿਰ ਜਦੋਂ ਬਾਸਕਟਬਾਲ ਦੀ ਟੀਮ ਆਈ ਮੈਂ ਸੋਚਿਆ ਕਿ ਬਾਸਕਟਬਾਲ ਦੇਖਾਂਗੇ ਫਿਰ ਮੈਨੂੰ ਐਡਿਕਟ ਹੋ ਗਿਆ ਹੁੰਦੇ ਸਭ ਨੂੰ ਪਤਾ ਮੈਂ ਐਡਿਕਟਾਂ ਔਰ ਸਾਰੇ ਠੀਕ ਕਹਿੰਦੇ ਨੇ ਸਾਰੇ ਮੈਨੂੰ ਕਹਿੰਦੇ ਨੇ ਤੂੰ ਐਡਿਕਟ ਐ ਨਸ਼ਾ ਨਸ਼ਾ ਤੈਨੂੰ ਔਰ ਉਹ ਠੀਕ ਕਹਿੰਦੇ ਨੇ ਮੈਂ ਪਰ ਮੇਰੀ ਇੱਕ ਗੱਲ ਐ ਮੈਂ ਆਈ ਡੋਟ ਡਰਿੰਕ ਆਈ ਡੋਟ ਸਮੋਕ ਆਈ ਡੋਟ ਵੂਮਨਾਈਜ਼ ਆਈ ਰੈਪਟਰਾਈਜ਼ ਚੰਗਾ ਨਸ਼ਾ ਲੱਗਿਆ ਹਾਂ ਮਤਲਬ ਨਸ਼ਾ ਇਹ ਮੇਰਾ ਸਲੋਗਨ ਵੀ ਹੈ ਸੋ ਹੁਣ ਇਹ ਸਲੋਗਨ ਨੇ ਮੰਨੂੰ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਾ ਦਿੱਤਾ ਹੈ ਮੁੰਦਰੀਆਂ ਇਹ ਪਿਆਰ ਜਿਹੜਾ ਲੋਕਾਂ ਦਾ ਮਿਲਦਾ ਹੈ ਹੋਰ ਮੈਂ ਦੇਖਿਆ ਕਿ ਹੁਣ ਲੋਕੀ ਇਹ ਨਹੀਂ ਹੈ ਕਿ ਪੰਜਾਬੀ ਪਿਆਰ ਦਿੰਦੇ ਨੇ ਕਾਲੇ ਚਿੱਟੇ ਪੀਲੇ ਸਾਰੇ ਮਤਲਬ ਏਵਰੀ ਕਮਿਊਨਿਟੀ ਹੁਣ ਅਜੀ ਮੈਂ ਪਲੇਨ ਤੇ ਆ ਰਹੀ ਆ ਸਾਡੇ ਉਹ ਜਿਹੜੀ 에어 호ਸਟੈਸ ਸੀ ਉਹਨੇ ਇੰਨਾ ਪਿਆਰ ਦਿੱਤਾ ਉਹਨੇ ਮੇਰੀ ਮੁੰਦਰੀਆਂ ਨਾਲ ਕੇ ਮੈਂ ਫੋਟੋ ਖਿਚਵਾਣੀ ਹੈ ਮਤਲਬ ਕਾਫੀ ਸਾਰੇ ਲੋਕਾਂ ਨੂੰ ਦੇ ਲੋਕਾਂ ਨੂੰ 에어ਪਲੇਨ ਵਿੱਚ ਪਤਾ ਸੀ ਔਰ ਉਹ ਸਾਰੇ ਡਿਫਰੈਂਟ ਮਜਬਾਂ ਦੇ ਸਨ ਪਰ ਜੋ ਪਿਆਰ ਦਿੰਦੇ ਨੇ ਨਾ ਸੋ ਆਮ ਵੈਰੀ ਵੇਰੀ ਹੈਪੀ ਹੋਰ ਐਸੇ ਕਰਕੇ ਜਿਹੜੇ ਪਲੇਅਰ ਵੀ ਨੇ ਉਹ ਸਿੱਖਾਂ ਦਾ ਬੜਾ ਰਿਸਪੈਕਟ ਕਰਦੇ ਨੇ ਜੀ ਬਹੁਤ ਹੀ ਸੋਹਣਾ ਪ੍ਰੋਗਰਾਮ ਇਸ ਲਈ ਮੈਂ ਇਹਨੂੰ ਕਹਾਂਗੀ ਕਿ ਬਹੁਤ ਪਾਵਰਫੁਲ ਮੈਸੇਜ ਨੇ ਇੱਕ ਇਮੀਗਰੈਂਟ ਦੀ ਕਹਾਣੀ ਜਿਹੜੀ ਇੱਕ ਮੂਵੀ ਦੇ ਰੂਪ ਵਿੱਚ ਆ ਰਹੀ ਹੈ ਜਿਦੇ ਵਿੱਚ ਨੈਵ ਦੀ ਮਿਹਨਤ ਹੈ ਜਿਦੇ ਵਿੱਚ ਨੈਵ ਦਾ ਉਹ ਜਜ਼ਬਾ ਹੈ ਜਿਹਨੇ ਆਪਣੇ ਜਿਹਨੇ ਆਪਣੇ ਅੰਦਰ ਇਹ ਵਸਾ ਕੇ ਰੱਖਿਆ ਕਿ ਜੇ ਪੱਗ ਮੇਰੀ ਪਛਾਣ ਹੈ ਤਾਂ ਮੈਂ ਉਹਨੂੰ ਛੱਡਣਾ ਨਹੀਂ ਹੈ ਤੇ ਉਸੇ ਪੱਗ ਨੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੈਵ ਨੂੰ ਸਨਮਾਨ ਦਿਵਾਇਆ ਹਾਲ ਆਫ ਫੇਮ ਦੇ ਵਿੱਚ ਪਗੜੀ ਦਾ ਪਏ ਹੋਣਾ ਇਸ ਗੱਲ ਦਾ ਸੂਚਕ ਹੈ ਕਿ ਨੈਵ ਦੀ ਜਿਹੜੀ ਇੱਕ ਸੋਚ ਤੇ ਨਾਲ ਨੈਵ ਤੁਰਿਆ ਸੀ ਉਹ ਅੱਜ ਸਾਕਾਰ ਹੋ ਗਈ ਹੈ ਤੇ ਜਿਹੜੀ ਮੂਵੀ ਬਣੀ ਹੈ ਇਹ ਇਹਦੇ ਵਾਸਤੇ ਤੁਸੀਂ ਰਜਿਸਟਰ ਕਰ ਸਕਦੇ ਹੋ superfandoc.com ਤੇ ਜਾ ਕੇ 20 ਨਵੰਬਰ ਨੂੰ ਤੁਸੀਂ ਆਪਣੇ ਫੈਮਲੀ ਨਾਲ ਫਰੈਂਡਸ ਨਾਲ ਜਾ ਕੇ ਇਸ ਮੂਵੀ ਦੇ ਮਜ਼ੇ ਲੈ ਸਕਦੇ ਹੋ ਤੇ ਜੇ ਕਿਸੇ ਕਰਕੇ ਤੁਹਾਨੂੰ ਟਿਕਟਾਂ ਨਹੀਂ ਮਿਲਦੀਆਂ ਕਿਉਂਕਿ ਇਹ ਇਨਵਾਈਟ ਓਨਲੀ ਨੇ ਤਾਂ ਤੁਸੀਂ 3 ਦਸੰਬਰ ਨੂੰ ਵਿਦ ਫੈਮਲੀ ਆਪਣੇ ਘਰ ਦੇ ਵਿੱਚ ਬਹਿ ਕੇ ਪਾਪਕੋਰਨ ਸਾਹਮਣੇ ਰੱਖ ਕੇ ਆਪਣੇ ਬੱਚਿਆਂ ਨੂੰ ਬਿਠਾ ਕੇ ਇਹ ਮੂਵੀ ਵੇਖਿਓ ਜ਼ਰੂਰ ਕਿਉਂਕਿ ਬਹੁਤ ਇਨਸਪੀਰੇਸ਼ਨ ਮਿਲੇਗੀ ਨੈਵ ਅੱਜ ਵੀ ਨਾ ਜਦੋਂ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਜੇ ਡਾਊਨਟਾਊਨ ਜਾਣਾ ਹੋਵੇ ਨਾ ਤਾਂ ਸ਼ਾਇਦ ਸੋਚਦੇ ਆਂ ਜੇ ਕੁੜਤਾ ਪਜਾਮਾ ਪਾ ਕੇ ਜਾਣ ਦੀ ਲੋੜ ਪਵੇ ਕਿ ਲੋਕ ਮੇਰੇ ਵੱਲ ਪਤਾ ਨਹੀਂ ਕਿਹੜੀ ਨਿਗਾਹ ਦੇ ਨਾਲ ਦੇਖਣਗੇ ਮੈਂ ਇਹ ਚਾਹੁੰਦੀ ਆ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਸੁਣਨ ਵਾਲਿਆਂ ਨੂੰ ਅੱਜ ਕੋਈ ਐਸਾ ਮੈਸੇਜ ਦਿਓ ਤੁਸੀਂ ਸ਼ੇਅਰ ਵੀ ਕੀਤਾ ਪਹਿਲਾਂ ਕਿ ਕਿਉਂ ਝਿਜਕਦੇ ਆਂ ਅਸੀਂ ਨਾ ਝਿਜਕੀਏ ਇਸ ਚੀਜ਼ ਨੂੰ ਆਪਣੀ ਸਟਰੈਂਥ ਬਣਾ ਲਈਏ ਬਿਲਕੁਲ ਬੀ ਪ੍ਰਾਊਡ ਆਫ ਯੂਰਸੈਲਫ ਬੀ ਪ੍ਰਾਊਡ ਆਫ ਯੂਰਸੈਲਫ ਐਂਡ ਅਲੱਗ ਹੋਣਾ ਕੋਈ ਜ਼ੁਲਮ ਨਹੀਂ ਹੈ ਅਸੀਂ ਅਲੱਗ ਹਾਂ ਕੋਈ ਗੱਲ ਨਹੀਂ ਜਦੀ ਮੈਂ ਦੇ ਉੱਥੇ ਟੋਰਾਂਟੋ ਵਿੱਚ ਇੱਕ ਵਾਰ ਇਸ਼ੂ ਬਣਿਆ ਸੀ ਕਿ ਮੁਸਲਮਾਨ ਕੁੜੀਆਂ ਨੇ ਹਜਾਬ ਪਾਇਆ ਹੈ ਮੈਂ ਉਹਨਾਂ ਨੂੰ ਕਿਹਾ ਸੀ ਇਹਨੂੰ ਪਾਓ ਤੁਸੀਂ ਕਿਉਂਕਿ ਆਪਣੀ ਆਈਡੈਂਟੀਟੀ ਬੜੀ ਜ਼ਰੂਰੀ ਹੈ ਜੇ ਆਪਣੀ ਆਈਡੈਂਟੀਟੀ ਛੱਡ ਦਿੱਤਾ ਤੇ ਫਿਰ ਰਿਹਾ ਹੀ ਕੀ ਹੈ ਸੋ ਥਿਸ ਇਜ਼ ਵੈਰੀ ਇੰਪੋਰਟੈਂਟ ਲੁਕਿੰਗ ਡਿਫਰੈਂਟ ਇਜ਼ ਸਟਰੋਂਗ ਯੈਸ ਤੇ ਨੈਵ ਕੱਲ ਨੂੰ ਅਸੀਂ ਰੇਡੀਓਥਾਨ ਕਰ ਰਹੇ ਹਾਂ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਜਿੱਦੀ ਜਿਹੜੀ ਮਨੀ ਜਿੰਨੀ ਵੀ ਇਕੱਠੀ ਹੋਣੀ ਹੈ ਉਹ ਸਾਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਜਿਹੜਾ ਕਾਰਡੀਅਕ ਸੀਟੀ ਸਕੈਨਰ ਹੈ ਉਹਨੂੰ ਰਿਪਲੇਸ ਕਰਨ ਲਈ ਵਰਤੀ ਜਾਣੀ ਹੈ ਇਹ ਬਹੁਤ ਜ਼ਰੂਰੀ ਹੈ ਤਾਂ ਸਾਡੀ ਕਮਿਊਨਿਟੀ ਦਾ ਮੈਂ ਕਹਾਂਗਾ ਤੁਹਾਨੂੰ ਮੈਂ ਬਹੁਤ ਅੱਗੇ ਉੱਤੇ ਵਧਾਈ ਦੇਣਾ ਵਾਂ ਗੁਰਪੁਰਬ ਦੀ ਵੀ ਵਧਾਈ ਦੇਣਾ ਵਾਂ ਅਡਵਾਂਸ ਵਿੱਚ ਔਰ ਦੂਜੀ ਗੱਲ ਹੈ ਕਿ ਇਹ ਸਾਡੀ ਜਿਹੜੀ ਹੈ ਹਾਰਟ ਦੀ ਡਿਜ਼ੀਜ਼ ਐ ਸਮਝਣਾ ਚਾਹੀਦਾ ਸਭ ਨੂੰ ਕਿ ਹਰ ਸਾਲ 55000 ਬੰਦਾ ਇਹਦੇ ਨਾਲ ਮਰਦਾ ਔਰ 80% ਬੱਚ ਬਚ ਸਕਦੇ ਨੇ ਇਹਦੇ ਵਿੱਚ ਜੇ ਤੁਸੀਂ ਕੀ ਕਰਨਾ ਹੈ ਜਿੱਦਾਂ ਕਿ ਕਾਰ ਦੇ ਤੁਸੀਂ ਸਰਵਿਸ ਕਰਦੇ ਹੋ 6-7 ਮਹੀਨਾ ਬਾਅਦ 6-7000 ਕਿਲੋਮੀਟਰ ਬਾਅਦ ਉਦਾਂ ਹੀ ਆਪਣਾ ਜਾਗੇ ਸਾਰਾ ਬਲੱਡ ਵਰਕ ਕਰਾਓ ਉਹ ਕਰਾਓ ਹੋਰ ਉਹ ਚੀਜ਼ਾਂ ਵਿੱਚ ਹਸਪਤਾਲ ਜਾਓ ਹਸਪਤਾਲ ਨੂੰ ਲੋੜ ਹੈ ਇਹ ਚੀਜ਼ਾਂ ਦੀ ਇਹ ਵੱਡੀ ਮਸ਼ੀਨਰੀ ਦੀ ਕਿ ਸਾਡੀ ਜਾਨਾਂ ਬਚਾ ਚੱਕਣ ਸੋ ਪਲੀਜ਼ ਇਹ ਬਹੁਤ ਵਧੀਆ ਤੁਹਾਨੂੰ ਮੈਂ ਵਧਾਈ ਦੇਵਾਂਗਾ ਇਹ ਵਾਲਾ ਜਿਹੜਾ ਤੁਸੀਂ ਕੈਂਪੇਨ ਕਰਨ ਲੱਗੇ ਹੋ ਸੋ ਯੂ ਸ਼ੁੱਡ ਪਲੀਜ਼ ਬੀ ਵੈਰੀ ਸਟਰੋਂਗਲੀ ਐਂਡ ਅਗਰੈਸਿਵਲੀ ਹੈਲਪਿੰਗ ਇਟ ਐਂਡ ਜੋ ਜੋ ਸੁਣ ਰਿਹਾ ਵੇ ਇਹਦੇ ਵਿੱਚ ਆਪਣਾ ਜੋ ਵੀ ਦੇ ਸਕਦੇ ਹੋ 5 ਡਾਲਰ 10 ਡਾਲਰ ਹੋਰ ਵੀ ਤਰ੍ਹਾਂ ਜਿਸ ਤਰ੍ਹਾਂ ਵੀ ਕਰ ਸਕਦੇ ਹੋ ਕਰੋ ਕਿਉਂਕਿ ਇਹ ਮਸ਼ੀਨਰੀ ਵਿਲ ਸੇਵ ਦਾ ਲਾਈਫਸ ਆਫ ਲੋਟ ਆਫ ਪੀਪਲ ਹੇਅਰ ਇਨ ਸਰੀ ਯੈਸ ਨਾ ਬਹੁਤ ਸ਼ੁਕਰੀਆ ਐਂਡ ਬਹੁਤ ਪ੍ਰਾਊਡ ਮੂਮੈਂਟ ਸੀ ਮੇਰੇ ਲਈ ਕਿ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਰੈਰ ਐਫ ਐਮ ਦੇ ਉੱਤੇ ਆਏ ਤੁਸੀਂ ਸਾਡੇ ਨਾਲ ਆਪਣੀ ਇਹ ਖੁਸ਼ੀ ਜਿਹੜੀ ਹੈ ਸਾਂਝੀ ਕੀਤੀ 올 ਦਾ ਬੈਸਟ 올 ਦਾ ਬੈਸਟ ਥੈਂਕ ਯੂ ਵੈਰੀ ਮਚ ਐਂਡ ਇਨ ਦਾ ਲਾਸਟ ਆਲ ਜਸਟ ਸੇ ਅ ਮੂਵੀ ਜੇ ਤੁਸੀਂ ਥੀਏਟਰ ਜਾ ਕੇ ਨਹੀਂ ਦੇਖ ਪਾ ਰਹੇ ਤੇ ਸੀਬੀਸੀ ਦੇ 9 ਵਜੇ eh, 9 ਵਜੇ ਦਸੰਬਰ 3 ਨੂੰ ਇਹ ਮੂਵੀ ਜ਼ਰੂਰ ਦੇਖਣਾ ਪਲੀਜ਼ ਸਾਰਾ ਪਰਿਵਾਰ ਬੈਠ ਕੇ ਪੌਪਕੌਰਨ ਸਮੋਸੇ ਲੈ ਕੇ ਚਾਹ ਲੈ ਕੇ ਇਹ ਮੂਵੀ ਦੇਖਣਾ ਇਟ ਵਿਲ ਇਨਸਪਾਇਰ ਯੂ ਇਹ ਤੁਹਾਡੀ ਸਟੋਰੀ ਹੈ ਇਹ ਮੇਰੀ ਸਟੋਰੀ ਨਹੀਂ ਕੱਲੇ ਇਹ ਤੁਹਾਡੀ ਵੀ ਸਟੋਰੀ ਹੈ ਥੈਂਕ ਯੂ ਨੈਵ ਤੁਸੀਂ ਇਸ ਪ੍ਰੋਗਰਾਮ ਨੂੰ ਫੇਸਬੁੱਕ ਤੇ ਲਾਈਵ ਵੀ ਵੇਖ ਸਕਦੇ ਹੋ ਜੀ ਜਾ ਕੇ ਤੁਸੀਂ ਰੈਡ ਐਫ ਐਮ ਦੀ ਫੇਸਬੁੱਕ ਤੇ ਇਹਨੂੰ ਵੇਖ ਸਕਦੇ ਹੋ ਅੱਜ ਦੇ ਪ੍ਰੋਗਰਾਮ ਵਿੱਚ ਇੰਨੀਆਂ ਹੀ ਗੱਲਾਂ ਬਾਤਾਂ ਕੱਲ ਨੂੰ ਫੇਰ ਇੱਕ ਨਵੇਂ ਵਿਸ਼ੇ ਨਾਲ ਮੁਲਾਕਾਤ ਕਰਾਂਗੇ ਜੈਸਮਿਨ ਨੂੰ ਇਜਾਜ਼ਤ ਦਿਓ ਤੇ ਰੈਡ ਐਫ ਐਮ ਸੁਣਦੇ ਰਹੋ ਫਾਰ ਮੋਰ ਐਂਟਰਟੇਨਮੈਂਟ ਡਾਊਨਲੋਡ ਦ ਰੈਡ ਐਫ ਐਮ ਐਪ ਫਰਮ ਦ ਗੂਗਲ ਪਲੇ ਸਟੋਰ ਐਂਡ ਐਪਲ ਐਪ ਸਟੋਰ ਨਾਓ ਜਸਟ ਵਨ ਕਲਿੱਕ ਮੈਂ ਸੋ ਮਚ 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 ਮਚ